मशहूर पंजाबी गायक सिद्धू मूसेवाला ते दीप सिद्धू दी मौत दे मामले विच इंसाफ दी मंग करदे आ लुधियाना डीसी दफ्तर विखे कॉमेडी कलाकार अते अकाली आगू टीटू बाणिया वल्लों धरना प्रदर्शन किया गया, जिन्हां ने इस संबंध विच डीसी राही मुख्यमंत्री पंजाब नूं मंग पत्र भी भेजिया। पत्रकारां नाल गल्लबात दौरान टीटू बाणिया ने सिद्धू मूसेवाला दे कतल नूं 9 महीने बीत गए हन पर पंजाब सरकार हाले तक कातलां नूं फड़न विच असफल रही है। इसे तरह दीप सिद्धू दी मौत दे मामले विच भी इंसाफ होना चाहिदा है। जेकर मशहूर कलाकारां दे मामलियां विच ए स्थिति है तां फिर आम लोकां दी की स्थिति होवेगी। सब तो पहला टीटू बाणे वालों वाहेगुरु जी का खालसा वाहेगुरु जी की फतेह। अज असीं भगवंत मान जी नूं बेनती करना चाहुंदे आ वी सिद्धू मूसेवाले दे मापिआं दा दुख कहिंदा हुण देखिआ नहीं जांदा, करा बलकौर सिंह जिहड़ा हैगा वा ਉਹਨੂੰ ਕਦੇ ਬੁਖਾਰ ਨਹੀਂ ਹੋਇਆ ਸੀਗਾ, ਦੋ ਦੋ ਸਟੰਟ ਪਵਾਈ ਫਿਰਦਾ ਵਾ ਅਤੇ ਮਾਤਾ ਜਿਹੜੀ ਚਰਨ ਕੌਰ ਆ ਉਹਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਵਾ ਅਤੇ ਕੋਈ ਦੀਵਾਲੀ ਨਹੀਂ ਉਹਨਾਂ ਨੂੰ ਚੰਗੀ ਲੱਗਦੀ, ਕੋਈ ਨਵਾਂ ਸਾਲ ਨਹੀਂ ਚੰਗਾ ਲੱਗਦਾ। ਜਿਹੜੀ ਉਮਰ ਵਿੱਚ ਮਾਪੇ ਰਜਾਈ 'ਚ ਬਹਿ ਕੇ ਯਾਨੀ ਹੀਟਰ ਦੀ ਅੱਗ ਸੇਕਦੇ ਆ ਅਤੇ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਂ ਪਿਓ ਨੇ ਉਹਨਾਂ ਦੇ ਪੁੱਤ ਦੇ ਸਿਰਿਆਂ ਦੀ ਅੱਗ ਸੇਕੀ ਆ ਅਤੇ ਹੁਣ ਇਨਸਾਫ ਲਈ ਭੜਕ ਰਹੇ ਨੇ। ਕਰਾਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਭਗਵੰਤ ਮਾਨ ਜੀ ਸਿੱਧੂ ਮੂਸੇਵਾਲੇ ਦੇ ਜਿਉਂਦੇ ਜੀ, ਇਹਦੇ ਮਾਪਿਆਂ ਦੇ ਜਿਉਂਦੇ ਜੀ, ਇਹਨਾਂ ਨੂੰ ਇਨਸਾਫ ਮਿਲੂਗਾ। ਕਰਾਂ ਅੱਜ ਤਾਂ ਅਸੀਂ ਇਨਸਾਫ ਵਾਸਤੇ ਆਏ ਹਾਂ ਅਤੇ ਬਾਕੀ ਪਹਿਲਾਂ ਅਸੀਂ ਕਹਾਵਤਾਂ ਸੁਣਦੇ ਹੁੰਦੇ ਸੀਗੇ, ਯਾਨੀ ਸਾਡੇ ਦਾਦੇ ਸੁਣ ਆਉਂਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀਗੇ ਲੋਕ ਕਹਿੰਦੇ ਆ ਵੀ ਤੇਰੀ ਪੜ੍ਹਾਈ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ, ਤੇਰਾ ਭਾਈ ਡਾਕਟਰੀ ਦਾ ਖਰਚਾ ਅਸੀਂ ਲੈਂਦੇ ਹਾਂ। ਪਰ ਅੱਜ ਕੱਲ੍ਹ ਕਤਲ ਕਰਕੇ ਯਾਨੀ ਜ਼ਿੰਮੇਵਾਰੀ ਲਿੱਤੀਆਂ ਜਾਂਦੀਆਂ ਨੇ ਫੇਸਬੁੱਕਾਂ ਤੋਂ ਅਤੇ ਸਾਡੀ ਇਨਸਾਨੀਅਤ ਕਿੱਧਰ ਨੂੰ ਜਾ ਰਹੀ ਹੈ। ਕਰਾਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਡਰਾਈਵਰ ਵਧੀਆ ਹੋਵੇ ਯਾਨੀ ਗੱਡੀ ਮਾੜੀ ਹੋਵੇ ਕਰਾਂ ਤਾਂ ਜਿਹੜੀ ਯਾਤਰਾ ਸੁਰੱਖਿਅਤ ਨਹੀਂ ਆ। ਜੇ ਬਾਈ ਦੇਵੇ ਲਾ ਲਓ ਡਾਕਟਰ ਜਿਹੜਾ ਹੈਗਾ ਵਾ ਉਹ ਵਧੀਆ ਹੋਵੇ ਦਵਾਈ ਮਾੜੀ ਹੋਵੇ ਤਾਂ ਮਰੀਜ਼ ਸੁਰੱਖਿਅਤ ਨਹੀਂ ਆ। ਜੇ ਮੁੱਖ ਮੰਤਰੀ ਜਿੰਨਾ ਮਰਜ਼ੀ ਵਧੀਆ ਹੋਵੇ ਜੇ ਕਾਨੂੰਨ ਪ੍ਰਕਿਰਿਆ ਬੇਕਾਰ ਆ ਤਾਂ ਯਾਨੀ ਸਾਡੇ ਲੋਕ ਸੁਰੱਖਿਅਤ ਨਹੀਂ ਆ, ਯਾਨੀ ਸਾਡੇ ਕਲਾਕਾਰ ਸੁਰੱਖਿਅਤ ਨਹੀਂ ਆ। ਅਤੇ ਬਾਕੀ ਸਾਡੇ ਦੀਪ ਸਿੱਧੂ ਜੀ ਦਾ ਇੰਸੀਡੈਂਟ ਹੋਇਆ ਸੀਗਾ, ਹਜੇ ਤਾਂ ਉਹ ਵੀ ਜ਼ਖਮ ਗਿੱਲੇ ਨੇ, ਪਤਾ ਨਹੀਂ ਉਹਨਾਂ ਦੀ ਮੌਤ ਜਿਹੜੀ ਹੈਗੀ ਆ ਕਤਲ ਸੀਗੀ ਜਾਂ ਹਾਦਸਾ ਸੀਗੀ, ਕਿਉਂਕਿ ਗੌਰਮੈਂਟਾਂ ਨੇ ਯਾਨੀ ਇਨਕੁਆਇਰੀ ਕਰਾਉਣ ਦੀ ਗੱਲ ਹੀ ਨਹੀਂ ਕੀਤੀ। ਕਿਰਾ ਉਹਨਾਂ ਨੇ ਉਹਦੀ ਮਾਤਾ ਵੀ ਸੀਨੇ ਦੇ ਫੋਟੋ ਲਾ ਲਾ ਕੇ ਧਰਨੇ ਵਿੱਚ ਬੈਠੀ ਸੀਗੀ, ਯਾਨੀ ਦੁੱਖ ਦੇਖਿਆ ਨਹੀਂ ਜਾਂਦਾ। ਵੀ ਦੇਖਿਆ ਜਾਵੇ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਗਿਆ, ਹੱਸਦਾ ਖੇਡਦਾ ਪੰਜਾਬ ਸੀ, ਕਦੇ ਖੇਡਾਂ ਦੇ ਵਿੱਚ ਕਿਸੇ ਦਾ ਕਤਲ ਕੀਤਾ ਜਾਂਦਾ, ਕਦੇ ਕਿਹੜੀ ਥਾਂ 'ਤੇ ਕਤਲ ਸਟੇਟਾਂ ਦੇ ਕਤਲ ਕੀਤਾ ਜਾਂਦਾ, ਕਿਉਂ ਹੋ ਰਿਹਾ ਪੰਜਾਬ 'ਚ? ਦੇਖੋ ਜੀ ਆਹੀ ਗੱਲਬਾਤ ਆ, ਜਿਹੜੇ ਗੈਂਗਰਿਸਟ ਬਣਾਏ ਸੀਗੇ ਉਹ ਸਾਡੀਆਂ ਸਰਕਾਰਾਂ ਨੇ ਬਣਾਏ ਸੀ ਗੈਂਗਰਿਸਟ, ਅਤੇ ਉਹਨਾਂ ਨੂੰ ਸੁਧਾਰਨ ਵਾਸਤੇ ਸਰਕਾਰਾਂ ਨੇ ਕੋਈ ਉਪਰਾਲਾ ਨਹੀਂ ਕੀਤਾ, ਵੀ ਗੈਂਗਰ ਵੀਰਾਂ ਨੂੰ ਕੋਈ ਬੇਨਤੀ ਨਹੀਂ ਕੀਤੀ ਵੀ ਤੁਸੀਂ ਸਾਡੇ ਸਮਾਜ ਵਿੱਚ ਆਓ, ਸਾਡੇ ਸਮਾਜ ਜੀ ਦਾ ਅੰਗ ਬਣੋ। ਅਤੇ ਅੱਜ ਵੀ ਜਿਹੜੇ ਗੈਂਗਰਿਸਟ ਹੈਗੇ ਆ ਉਹ ਲੀਡਰਾਂ ਦੇ ਕਤਲਪੁਤਲੀ ਬਣੇ ਹੋਏ ਨੇ ਕਿਰਾਂ, ਅਤੇ ਜੇ ਆਹੀ ਕਤਲ ਕਿਸੇ ਵੱਡੇ ਮੁੱਖ ਮੰਤਰੀ ਦਾ ਹੋਇਆ ਹੁੰਦਾ ਜਾਂ ਪ੍ਰਧਾਨ ਮੰਤਰੀ ਦਾ ਹੋਇਆ ਹੁੰਦਾ ਤਾਂ ਆਹੀ ਜਿਨ੍ਹਾਂ ਨੇ ਕਤਲ ਕੀਤੇ ਸੀਗੇ ਉਹ ਜੇਲ੍ਹਾਂ ਵਿੱਚ ਹੋਣੇ ਸੀਗੇ। ਪਰ ਅਫਸੋਸ ਹੈਗਾ ਵਾ ਵੀ ਆਹ ਸਾਡੇ ਭਰਾ ਦਾ ਕਤਲ ਹੋਇਆ ਵਾ, ਆਹ ਸਾਡੇ ਭਰਾ ਦਾ ਕਤਲ ਹੋਇਆ ਵਾ ਯਾਨੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਵਾ, ਤਾਂ ਕਰਕੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ। ਉਹ ਮੇਰੀ ਮੰਗ ਆਹ ਵਾ, ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜੇ ਪ੍ਰਕਿਰਿਆ ਤੇਜ਼ ਨਾ ਕੀਤੀ 24 ਦੀ MP ਦੀ ਇਲੈਕਸ਼ਨ ਆਉਣੀਆਂ ਨੇ ਤੇ ਟੀਟੂ ਬਾਣੀਆਂ ਫਿਰ ਦੱਬ ਕੇ ਜਲੂਸ ਕੱਢੂਗਾ ਤੁਹਾਡਾ। ਸਰ ਟੀਟੂ ਬਾਣੀ ਜੀ, ਇੱਕ ਤੁਸੀਂ ਜਿਹੜਾ ਪਰਨਾ ਜਿਹਾ ਲਿੱਤਾ ਆ ਉਹਦੇ 'ਤੇ ਲਿਖਿਆ ਹੋਇਆ ਕਫਨ, ਦੇਖੋ ਜੀ ਸਰਕਾਰਾਂ ਨਕਮੀਆਂ ਨੇ ਤਾਂ ਹੀ ਸਾਨੂੰ ਕਫਨ ਚੱਕਣਾ ਪੈ ਗਿਆ, ਕਿਉਂਕਿ ਸਿੱਧੂ ਮੂਸੇਵਾਲੇ ਦਾ ਇਨਸਾਫ ਮੰਗਣਾ ਇੱਕ ਗੈਂਗਰਿਸਟ ਨਾਲ ਪੰਗਾ ਲੈਣਾ ਵਾ, ਅਤੇ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਜੈਟਰ ਸੁਰੱਖਿਆ ਨੇ ਵੱਡੇ ਵੱਡੇ ਗਨਮੈਨ ਰੱਖੇ ਹੋਏ ਨੇ ਜਿਨ੍ਹਾਂ ਦੇ ਚਾਰੇ ਪਾਸੇ ਪੁਲਿਸ ਫਰਦੀ ਆ, ਉਹ ਤਾਂ ਆਹ ਮੰਗ ਨਹੀਂ ਰਹੇ। ਕਰਾਂ ਜਿਵੇਂ ਸਾਡੇ ਰਾਹੁਲ ਗਾਂਧੀ ਜੀ ਆਏ ਸੀਗੇ ਉਹਨਾਂ ਨੇ ਇਨਸਾਫ ਦੀ ਮੰਗ ਨਹੀਂ ਕੀਤੀ, ਸਾਡਾ ਰਵਨੀਤ ਬਿੱਟੂ ਸੁੱਤਾ ਪਿਆ ਵਾ ਕਰਾਂ, ਇੰਨੇ ਨੇ ਗਨਮੈਨ ਆ ਅਤੇ ਨਾਲੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀਗਾ ਸਿੱਧੂ ਮੂਸੇਵਾਲਾ, ਉਹ ਤਾਂ ਯਾਨੀ ਚੁੱਪ ਬੈਠੇ ਨੇ। ਪਰ ਸਾਨੂੰ ਪਤਾ ਵਾ ਅਸੀਂ ਛੋਟੇ ਹਾਂ ਅਤੇ ਜਿਹੜੀ ਲੜਾਈ ਹੈਗੀ ਆ ਸਾਨੂੰ ਛੋਟੇ ਨੂੰ ਲੜਨੀ ਪੈਣੀ ਆ, ਵੱਡਿਆਂ ਨੇ ਤਾਂ ਮੂੰਹ 'ਚ ਬਬਲਗਮ ਪਾ ਲਈ ਆ। ਨਹੀਂ ਤੁਸੀਂ ਸਕਿਉਰਟੀ ਕਰਕੇ ਤਾਂ ਨਹੀਂ ਇਹ ਪਰਪੋਜ਼ ਕਰ ਰਹੇ? ਉਹ ਟੀਟੂ ਬਾਣੀਆਂ ਨੇ ਸਕਿਉਰਟੀ ਨਹੀਂ ਬਾਈ ਲੈਣੀ, ਜ਼ਿੰਦਗੀ 'ਚ ਕਦੇ ਨਹੀਂ ਲੈਣੀ। ਜੇ ਸਾਡੇ ਭਰਾ ਵਾ ਗੈਂਗਰਿਸਟ ਉਹ ਵੀ ਸਾਡੇ ਭਰਾ ਹੀ ਆ, ਜੇ ਮਾਰ ਵੀ ਦੇਣਗੇ ਸਾਨੂੰ, ਅੱਜ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਇੱਦਾਂ ਦੇ ਕੰਮ ਨਾ ਕਰੋ, ਸਾਡੇ ਸਮਾਜ ਵਿੱਚ ਆਓ ਅਤੇ ਸਾਡੇ ਸਮਾਜ ਵਿੱਚ ਲੋਕਾਂ ਦੀ ਭਲਾਈ ਦੇ ਕੰਮ ਕਰੋਗਾ।